ਅੱਜ ਤੜਕਸਾਰ ਸਵੇਰ ਹੁੰਦਿਆਂ ਹੀ ਇੱਕ ਵੱਡੀ ਖਬਰ ਪੂਰੇ ਦੇਸ਼ 'ਚ ਫੈਲ ਰਹੀ ਹੈ, ਕਿਉਂਕਿ ਇੱਕ ਵੱਡੇ ਪੁਲਿਸ ਅਫਸਰ ਨੇ ਅਚਾਨਕ ਰਾਤ ਸਮੇਂ ਇੱਕ ਪੁਲਿਸ ਥਾਣੇ ਦੇ ਵਿੱਚ ਛਾਪਾ ਮਾਰਿਆ ਅਤੇ ਪੁਲਿਸ ਚੌਂਕੀ ਦੇ 4 ਥਾਣੇਦਾਰਾਂ ਸਮੇਤ 16 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਨੇ। ਸੱਤਾਂ ਦੇ ਉੱਪਰ FIR ਕੱਟ ਕੇ ਪਰਚਾ ਦਰਜ ਕਰ ਦਿੱਤਾ ਹੈ। ਮਾਮਲਾ ਕੀ ਹੈ? ਮਾਮਲਾ ਹੈ ਜੀ, ਆਪਣੇ ਦੇਸ਼ ਦੇ ਜਿਹੜਾ UP ਸੂਬੇ ਦਾ ਉੱਥੇ ਬਨਾਰਸ ਜ਼ੋਨ ਦਾ ਜਿਹੜਾ DIG ਸੀ, ਉਹਨੇ ADG ਨੂੰ ਨਾਲ ਲੈ ਕੇ ਸਿਵਲ ਵਰਦੀ ਦੇ ਵਿੱਚ ਜਿੱਥੋਂ UP ਅਤੇ ਬਿਹਾਰ ਦਾ ਬਾਰਡਰ ਹੈ ਉੱਥੇ ਇੱਕ ਭਰੋਲੀ ਥਾਣਾ ਹੈ, ਭਰੋਲੀ ਥਾਣੇ ਦੀ ਇੱਕ ਚੌਂਕੀ ਹੈ ਨਰਾਹੀ, ਅਤੇ ਉਸ ਚੌਂਕੀ ਦੇ ਵਿੱਚ ਜਿਹੜਾ SHO ਸੀਗਾ ਧਰਮਵੀਰ ਸਿੰਘ ਅਤੇ 4 ਹੋਰ ਥਾਣੇਦਾਰ, ਉਹ ਕੀ ਕਰਦੇ ਸੀ, UP ਤੋਂ ਬਿਹਾਰ ਨੂੰ ਜਿੰਨੇ ਵਹੀਕਲ ਡੇਲੀ ਹਜ਼ਾਰਾਂ ਦੀ ਗਿਣਤੀ 'ਚ ਵਹੀਕਲ ਜਾਂਦੇ ਸੀ, ਟਰੱਕ ਜਾਂ ਹੋਰ ਵਹੀਕਲ, ਉਹਨਾਂ ਸਾਰਿਆਂ ਤੋਂ ਉਹ 500 ਰੁਪਈਆ ਡੇਲੀ ਅਗਰਾਉਂਦੇ ਸੀ, ਔਰ ਜਿਹੜੇ ਵਹੀਕਲ ਕੋਈ ਨਸ਼ੇ ਦੀ ਜਾਂ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦੇ ਸੀ ਉਹਨਾਂ ਤੋਂ ਹੋਰ ਵੀ ਮੋਟਾ ਮਾਲ ਉਹ ਉਗਰਾਉਂਦੇ ਸੀਗੇ, ਔਰ ਕਰੀਬ 1.5 ਕਰੋੜ ਰੁਪਈਆ ਉਹ ਇੱਕ ਪੁਲਿਸ ਚੌਂਕੀ ਵਾਲੇ ਰੋਜ਼ਾਨਾ ਉੱਥੋਂ ਇਕੱਠਾ ਕਰਦੇ ਸੀ। ਔਰ ਇਹ ਜਦੋਂ ਸੂਚਨਾ ਜਿਹੜੇ DIG ਪੁਲਿਸ ਨੇ, ਬਹੁਤ ਵੱਡੇ ਅਫਸਰ ਹੁੰਦੇ ਨੇ, ਤਾਂ ਉਹਨਾਂ ਨੇ ADG ਨੂੰ ਨਾਲ ਲੈ ਕੇ ਇਹਦਾ ਆਪ ਜਾ ਕੇ ਛਾਪਾ ਮਾਰਿਆ, ਅਤੇ ਦੋਨੇ ਪੁਲਿਸ ਅਫਸਰ T-shirt ਅਤੇ ਜੀਨ ਦੇ ਵਿੱਚ ਗਏ, ਔਰ ਉੱਥੇ ਪੁਲਿਸ ਨੇ 16 ਹੋਰ ਅੱਗੇ ਦਲਾਲ ਰੱਖੇ ਹੋਏ ਸੀ, ਔਰ ਉਹ ਦਲਾਲ ਜਿਹੜੇ ਨੇ ਉਹ ਜਿਹੜੇ ਉਹ ਪੰਜਾਬ ਤੋਂ, ਹਰਿਆਣੇ ਤੋਂ ਜਾਂ ਹੋਰ ਥਾਵਾਂ ਤੋਂ ਟਰੱਕਾਂ ਵਾਲੇ ਜਾਂਦੇ ਸੀ, ਉਹਨਾਂ ਨੂੰ ਦਲਾਲ ਪਹਿਲਾਂ ਹੀ ਪਿੱਛੇ ਰੋਕ ਕੇ ਡਰਾ ਦਿੰਦੇ ਸੀ ਵੀ ਅੱਗੇ ਨਾਕਾ, ਅਤੇ ਜੇ ਤੁਸੀਂ ਆਪਣਾ ਸਮਾਨ ਠੀਕ ਲੈ ਕੇ ਜਾਣਾ ਅੱਗੇ ਤਾਂ ਉੱਥੇ 500,000 ਰੁਪਈਆ ਦੇ ਦਿਓ, ਫਿਰ ਕੁਝ ਨਹੀਂ ਕਹਿੰਦੇ। ਤਾਂ ਉਹ ਦਲਾਲਾਂ ਦੇ ਰਾਹੀਂ ਸਾਰਾ ਕੰਮ ਕਰਵਾਇਆ ਜਾਂਦਾ ਸੀਗਾ, ਅਤੇ ਜਿਹਦੀ ਟਰੱਕ 'ਚ ਜਾਂ ਗੱਡੀ 'ਚ ਕੋਈ ਨਜਾਇਜ਼ ਚੀਜ਼ ਹੁੰਦੀ ਸੀ ਉਹਦੇ ਤੋਂ 10,000, 15,000, 20,000, 25,000 ਜਾਂ 30,000 ਜਾਂ 50,000 ਰੁਪਈਆ ਉਹ ਉਗਰਾ ਲੈਂਦੇ ਸੀ, ਅਤੇ ਉਹਨੂੰ ਉਹ ਨਜਾਇਜ਼ ਚੀਜ਼ਾਂ ਲਿਜਾਣ ਦਿੰਦੇ ਸੀਗੇ। ਤਾਂ ਜਦੋਂ ਇਹਨਾਂ ਪੁਲਿਸ ਅਫਸਰਾਂ ਨੇ ਉੱਥੇ ਛਾਪਾ ਮਾਰਿਆ ਤਾਂ ਮੌਕੇ ਤੋਂ 3 ਪੁਲਿਸ ਵਾਲੇ ਇਹਨਾਂ ਨੇ ਗ੍ਰਿਫਤਾਰ ਕਰ ਲਏ, ਔਰ ਫਿਰ ਜਦੋਂ ਹੜਕੰਪ ਮੱਚਿਆ, ਜਦੋਂ ਪੁਲਿਸ ਨੂੰ ਪਤਾ ਲੱਗਿਆ, ਪਹਿਲਾਂ ਤਾਂ ਉੱਥੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਧੌਂਸ ਜਮਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਵੱਡੇ ਪੁਲਿਸ ਅਫਸਰਾਂ 'ਤੇ, ਪਰ ਜਦੋਂ ਹੀ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਾ ਵੀ ਇਹ ਤਾਂ ਬਹੁਤ ਵੱਡੇ ਅਫਸਰ ਨੇ, ਇਹ ਤਾਂ DIG ਆ ਗਿਆ, ਤਾਂ ਉਸ ਤੋਂ ਬਾਅਦ ਫਿਰ 3-4 ਪੁਲਿਸ ਵਾਲੇ ਉੱਥੋਂ ਭੱਜ ਗਏ, ਅਤੇ ਬਾਕੀ ਦੇ ਜਿਹੜੇ ਨਾਲ ਪਿੱਛੇ ਪੁਲਿਸ ਉਹਨਾਂ ਪੁਲਿਸ ਅਫਸਰਾਂ ਦੇ ਆਈ ਸੀ ਉਹਨਾਂ ਨੇ ਗ੍ਰਿਫਤਾਰ ਕਰ ਲਏ ਨੇ। ਔਰ ਇਹ ਪੂਰਾ ਜਿਹੜਾ ਦੇਸ਼ ਦੇ ਵਿੱਚ ਇਹ ਵੱਡੀ ਖਬਰ ਫੈਲ ਰਹੀ ਹੈ, ਔਰ ਬਾਕੀ ਪੁਲਿਸ ਅਫਸਰਾਂ ਜਿਹੜੇ ਪੰਜਾਬ ਦੇ ਪੁਲਿਸ ਅਫਸਰ ਨੇ ਉਹਨਾਂ ਲਈ ਵੀ ਇੱਕ ਵੱਡਾ ਸਬਕ ਲੈਣ ਦੀ ਇਹ ਖਬਰ ਹੈ, ਕਿਉਂਕਿ ਪਿਛਲੇ ਦਿਨੀ ਵੀ UP ਦੇ ਇੱਕ ਪੁਲਿਸ ਅਫਸਰ ਨੇ ਇੱਦਾਂ ਕੀਤਾ ਸੀ, ਇੱਕੋ ਦਿਨ 'ਚ ਉਹਨੇ ਕਿੰਨੇ ਸਾਰੇ ਜਿਹੜੇ ਪੁਲਿਸ ਵਾਲੇ ਨੇ ਉਹ ਸਸਪੈਂਡ ਕਰ ਦਿੱਤੇ ਸੀਗੇ ਜਿਹੜੇ ਰਿਸ਼ਵਤ ਲੈਂਦੇ ਸੀ, ਔਰ ਜਿਨ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀਗੀਆਂ, ਜਿਹੜੇ ਲੋਕਾਂ ਦੇ ਘਰਾਂ 'ਚ ਪਾਸਪੋਰਟ ਦੀ ਜਾਂ ਹੋਰ ਇਨਕੁਆਇਰੀ ਲਈ ਜਾਂਦੇ ਸੀ ਅਤੇ ਲੋਕਾਂ ਤੋਂ 500-500, 700-700 ਰੁਪਈਆ ਅਗਰਾਉਂਦੇ ਸੀਗੇ, ਉਹ ਸਾਰੇ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਸੀ। ਔਰ ਇਸ DIG ਬਨਾਰਸ ਜ਼ੋਨ ਦੇ DIG ਨੇ ਹੁਣ ਇਹ 4 ਥਾਣੇਦਾਰ, 1 SHO ਅਤੇ ਬਾਕੀ ਜਿਹੜੇ ਹੋਰ ਪੁਲਿਸ ਮੁਲਾਜ਼ਮ ਨੇ 16 ਦੇ ਕਰੀਬ ਉਹ ਸਸਪੈਂਡ ਕੀਤੇ ਨੇ। ਮਤਲਬ ਪੂਰਾ ਪੁਲਿਸ ਚੌਂਕੀ ਜਿਹੜੀ ਹੈ ਨਰਾਹੀ
ਉਹ ਸਸਪੈਂਡ ਕਰ ਦਿੱਤੀ ਗਈ ਆ। ਵੱਡਾ ਐਕਸ਼ਨ ਹੈ, ਇਸ ਵੱਡੇ ਐਕਸ਼ਨ ਦੀ ਪੂਰੇ ਦੇਸ਼ ਦੇ ਵਿੱਚ ਚਰਚਾ ਹੈ। ਹੁਣ ਪੰਜਾਬ ਦੇ ਵਿੱਚ ਵੀ ਭ੍ਰਿਸ਼ਟਾਚਾਰ ਬਹੁਤ ਚੱਲਦਾ, ਚਾਰ ਚੁਫੇਰੇ ਹਰਾਮ ਦੀ ਕਮਾਈ ਖਾਣ ਦਾ ਬਹੁਤ ਬੋਲਬਾਲਾ ਹੈ ਪੂਰੇ ਦੇਸ਼ ਦੇ ਵਿੱਚ। ਜਿਹੜੀ ਤਨਖਾਹ ਮਿਲਦੀ ਹੈ ਉਹਨੂੰ ਤਾਂ ਜਿਹੜੇ ਭ੍ਰਿਸ਼ਟ ਲੋਕ ਨੇ ਉਹ ਕੁਛ ਮੰਨਦੇ ਹੀ ਨਹੀਂ। ਜਿਹੜਾ ਉੱਤੋਂ ਉਹ ਲੋਕਾਂ ਦੀ ਬਾਂਹ ਮਰੋੜ ਕੇ ਤੰਗ ਕਰਕੇ ਜੇਬਾਂ ਚੋਂ ਕਢਾਉਂਦੇ ਨੇ, ਜਿਹਨੂੰ ਹਰਾਮ ਦੀ ਕਮਾਈ ਖਾਣਾ ਕਹਿੰਦੇ ਨੇ, ਉਹਨੂੰ ਹੀ ਕਮਾਈ ਮੰਨਦੇ ਨੇ ਭ੍ਰਿਸ਼ਟ ਬੰਦੇ। ਪਰ ਇਹ ਕਮਾਈ ਅੱਜ ਤੱਕ ਕਿਸੇ ਨੂੰ ਫਲੀ ਨਹੀਂ। ਮੈਂ ਕੋਈ ਅੰਧ ਵਿਸ਼ਵਾਸ ਦੇ ਨਜ਼ਰੀਏ ਤੋਂ ਨਹੀਂ ਕਹਿੰਦਾ, ਇਹ ਹਰਾਮ ਦੀ ਕਮਾਈ ਜਿਹੜੀ ਆ ਇਹ ਸੱਚਮੁੱਚ ਜਦੋਂ ਘਰ ਆਉਂਦੀ ਆ ਤਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਪਿਓ ਹਰਾਮ ਦੀ ਕਮਾਈ ਲੈ ਕੇ ਆਉਂਦਾ, ਹੋਰ ਜੀਆਂ ਨੂੰ ਪਤਾ ਲੱਗ ਜਾਂਦਾ ਸਾਰਿਆਂ ਨੂੰ। ਤਾਂ ਜਦੋਂ ਹੀ ਉਹ ਬੰਦਾ ਰਿਟਾਇਰ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਹਨੂੰ ਫਿਰ ਕੁੱਤੀ ਨਹੀਂ ਪਛਾਣਦੀ, ਉਹਨੂੰ ਕੋਈ ਸੰਭਾਲ ਕੇ ਵੀ ਰਾਜ਼ੀ ਨਹੀਂ ਹੁੰਦਾ, ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਇਹ ਕੋਈ ਬਹੁਤਾ ਚੰਗਾ ਬੰਦਾ ਨਹੀਂ ਸਾਡਾ ਬਾਪੂ, ਇਹ ਸਾਰੀ ਉਮਰ ਹਰਾਮ ਦੀ ਕਮਾਈ ਇਕੱਠੀ ਕਰਦਾ ਰਿਹਾ, ਤਾਂ ਇਹ ਕਿੱਧਰ ਦਾ ਚੰਗਾ ਅਤੇ ਸਲੱਗ ਜੰਮ ਪਿਆ। ਸੋ ਅਜਿਹੇ ਗਲਤ ਕਮਾਈ ਕਰਨ ਵਾਲਿਆਂ ਨੂੰ ਉਹਨਾਂ ਦੇ ਘਰ ਦੇ ਵੀ ਬਾਅਦ 'ਚ ਸਾਂਭਦੇ ਨਹੀਂ ਗੇ। ਔਰ ਪੰਜਾਬ ਦੇ ਵਿੱਚ ਵੀ ਵੱਡੀ ਪੱਧਰ 'ਤੇ ਅੱਜ ਵੀ ਰਿਸ਼ਵਤਖੋਰੀ ਚੱਲਦੀ ਹੈ, ਲੋਕਾਂ ਦੇ ਸਖਤ ਇਲਜ਼ਾਮ ਨੇ, ਪੁਲਿਸ ਥਾਣਿਆਂ 'ਚ ਅੱਜ ਵੀ ਰਿਸ਼ਵਤ ਚੱਲਦੀ ਹੈ, ਕਚਹਿਰੀਆਂ 'ਚ ਚੱਲਦੀ ਹੈ, ਪਟਵਾਰੀਆਂ ਕੋਲ ਚੱਲਦੀ ਹੈ, ਮਤਲਬ ਜਿੰਨੇ ਵੀ ਸਰਕਾਰੀ ਦਫ਼ਤਰ ਜਿੱਥੇ ਲੋਕਾਂ ਦੇ ਕੰਮਾਂ ਦੀ ਆਵਾਜਾਈ ਹੈ ਉੱਥੇ ਅੱਜ ਵੀ ਰਿਸ਼ਵਤ ਚੱਲਦੀ ਹੈ। ਹੁਣ ਇੱਕ ਹੋਰ ਛਾਪਾ ਅੱਜ ਪੰਜਾਬ 'ਚ ਵੀ ਵੱਜਿਆ, ਇੱਕ RTO ਦੇ ਦਫ਼ਤਰ ਦੇ ਵਿੱਚ ਇੱਕ ਉਸ ਤੋਂ ਸੀਨੀਅਰ ਅਫਸਰ ਨੇ ਛਾਪਾ ਮਾਰਿਆ, ਉੱਥੇ ਵੀ ਜਿਹੜੇ ਕਾਫੀ ਸਾਰੇ ਦਲਾਲ ਸੀ ਉਹ ਇਸ ਤਰ੍ਹਾਂ ਦਾ ਨਜਾਇਜ਼ ਕੰਮ ਕਰਦੇ ਸੀਗੇ ਅਤੇ ਉਹ ਕਾਫੀ ਸਾਰੇ ਦਲਾਲ ਉੱਥੇ ਉਹਨਾਂ ਨੂੰ ਹੱਥ ਪਾਇਆ ਗਿਆ। ਮੈਨੂੰ ਲੱਗਦਾ ਕਿ ਜਿਹੜੇ ਵੀ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਇੱਦਾਂ ਦੀ ਛਾਪੇਮਾਰੀ ਕਰਨ, ਭਾਵੇਂ ਇਹ ਰਿਸ਼ਵਤਖੋਰੀ ਰਾਜ ਪ੍ਰਬੰਧ ਦਾ ਹੀ ਇੱਕ ਹਿੱਸਾ, ਰਾਜ ਪ੍ਰਬੰਧ ਨਾਲ ਜੁੜੀ ਆ, ਅਤੇ ਜਦੋਂ ਤੱਕ ਰਾਜ ਪ੍ਰਬੰਧ ਉੱਪਰੋਂ ਠੀਕ ਨਹੀਂ ਹੁੰਦਾ ਉਨਾ ਟਾਈਮ ਥੱਲੇ ਤੱਕ ਰਿਸ਼ਵਤਖੋਰੀ ਠੀਕ ਨਹੀਂ ਹੋ ਸਕਦੀ ਪੂਰੀ ਤਰ੍ਹਾਂ। ਪਰ ਫਿਰ ਵੀ ਯਤਨ ਜਟਾਉਣਾ ਚਾਹੀਦਾ, ਅਤੇ ਜਿਹੜੇ ਜਿਹੜੇ ਵੀ ਪੁਲਿਸ ਅਫਸਰ ਜਾਂ ਸਿਵਲ ਅਫਸਰ ਜਾਂ ਕੋਈ ਵਿਅਕਤੀ ਰਿਸ਼ਵਤਖੋਰੀ ਤੋਂ ਬਚੇ ਨੇ ਉਹਨਾਂ ਨੂੰ ਸਲਾਮ ਹੈ, ਸਲੂਟ ਹੈ। ਹਰਾਮ ਦੀ ਕਮਾਈ ਖਾਣ ਤੋਂ ਜਿਹੜੇ ਦੂਰ ਨੇ ਉਹਨਾਂ ਨੂੰ ਦਿਲੋਂ ਸਤਿਕਾਰ ਕਰਦੇ ਹਾਂ, ਪਰ ਜਿਹੜੇ ਇਹ ਕੰਮ ਕਰਦੇ ਨੇ ਮੈਨੂੰ ਲੱਗਦਾ ਸਭ ਤੋਂ ਵੱਧ ਸਖਤ ਨਫ਼ਰਤ, ਮਤਲਬ ਦਵਾਨੀ ਦਵਾਨੀ ਦੇ ਬੰਦੇ ਉਹ ਲੱਗਣ ਲੱਗ ਪੈਂਦੇ ਨੇ ਜਿਹੜੇ ਚਾਰ ਛਿੱਲੜਾਂ ਦੇ ਬਦਲੇ ਲੋਕਾਂ ਦੀ ਨਜਾਇਜ਼ ਬਾਂਹ ਮਰੋੜਦੇ ਨੇ, ਤੰਗ ਕਰਦੇ ਨੇ। ਕਿਸੇ ਅਫਸਰ ਦੇ ਜਿੰਨੇ ਮਰਜ਼ੀ ਸਟਾਰ ਲੱਗੇ ਹੋਣ ਉਹ ਲੰਡੂ ਲੱਗਣ ਲੱਗ ਪੈਂਦਾ ਜਦੋਂ ਉਹਦੇ ਬਾਰੇ ਇਹ ਪਤਾ ਲੱਗਦਾ ਵੀ ਇਹ ਹਰਾਮ ਦੀ ਕਮਾਈ ਖਾਂਦਾ, ਇਹ ਰਿਸ਼ਵਤਖੋਰੀ ਕਰਦਾ। ਸੋ ਮੈਨੂੰ ਲੱਗਦਾ ਕਿ ਬਚਣਾ ਚਾਹੀਦਾ ਵੱਡੇ ਅਫਸਰਾਂ ਨੂੰ, ਛੋਟੇ ਅਫਸਰਾਂ ਨੂੰ।